ਐ ਭਾਈ ਯਾਰੀ ਪਾਕਿਸਤਾਨ ਦੇ 10,000 ਰੁਪਈਆ ਕਮਾਉਂਦੇ ਹਨ ਕਿਸੇ ਵਕਤ ਦੇ, ਤੇ ਇੱਥੇ ਆ ਕੇ ਜਨਾਬ ਇੱਥੇ ਚੰਗੇ ਭਲੇ ਪੈਸੇ ਕਮਾਉਂਦੇ ਹਨ ਤੇ ਬੜੇ ਖੁਸ਼ ਨੇ ਮਾਸ਼ਾਅੱਲਾ। ਅਸਲਾਮ ਅਲੈਕੁਮ। ਅਸਲਾਮ, ਕੀ ਹਾਲ ਹੈ? ਖਰੀਅਤ ਤੇ ਵਾਲਾ ਸੀ? ਜੀ ਸ਼ੁਕਰ ਅਲਹਮਦੁਲਿਲਾ, ਠੀਕ ਠਾਕ। ਤੁਸੀਂ ਸੁਣਾਓ? ਠੀਕ, ਅੱਲਾ ਦਾ ਬੜਾ ਸਾਨ ਸ਼ੁਕਰ ਅਲਹਮਦੁਲਿਲਾ। ਤੇ ਕਿੰਨੇ ਕੁ ਸਾਲ ਹੋ ਗਏ ਜੀ ਇੱਥੇ? ਮੈਂ ਸਰ ਜੀ 9 ਸਾਲ ਕੰਪਲੀਟ ਹੋ ਗਏ ਨੇ ਤੇ ਹੁਣ 10ਵਾਂ ਸਾਲ ਜਿਹੜਾ ਇਹਦਾ ਲੱਗਿਆ। 9 ਸਾਲ ਹੋ ਗਏ ਨੇ। ਪਾਕਿਸਤਾਨ ਕਿਹੜੇ ਇਲਾਕੇ ਦੇ ਹੋ? ਪਾਕਿਸਤਾਨ ਮੰਡੀ ਬਹੁਤ ਦੀਨ। ਬਾਕੀ ਆਪਣਾ ਇੱਥੇ ਲੱਗੇ ਫਿਰਦੇ ਹੋ? ਮੈਂ ਆਇਆ ਜੀ ਥੋੜਾ ਪੈਟਰੋਲ ਮੇਨ ਤੇ, ਅੱਛਾ, ਦਾ ਇੰਜਨ ਆਇਲ ਚੇਂਜ ਕਰਾਉਣਾ ਹੈ। ਤੇ ਕੀ ਐਕਸਪੀਰੀਅੰਸ ਹੈ ਇੱਥੇ? ਐਕਸਪੀਰੀਅੰਸ ਬੜਾ ਵਧੀਆ ਹੈ ਜੀ, ਬਹੁਤ ਅੱਛਾ ਐਕਸਪੀਰੀਅੰਸ ਹੈ ਇੱਥੇ ਮਾਸ਼ਾਅੱਲਾ ਜ਼ਬਰਦਸਤ। ਤੇ ਇੱਕ ਤੇ ਮਾਸ਼ਾਅੱਲਾ ਸਾਡੇ ਮੁਸਲਮਾਨਾਂ ਵਾਸਤੇ ਮੱਕਾ ਮਦੀਨਾ ਹੈ, ਜਿਸ ਵੇਲੇ ਦਿਲ ਕਰੇ ਉਮਰਾ ਕਾਰਾ ਵੀ ਦੇ। ਅੱਛਾ, ਪਲੱਸ ਮਾਸ਼ਾਅੱਲਾ ਕੰਪਨੀ ਵਿੱਚ ਕੰਮ ਹੈ, ਬੜੀ ਜ਼ਬਰਦਸਤ ਕੰਪਨੀ ਹੈ। ਅੱਛਾ, ਤੇ ਮੇਨ ਹੈਡ ਆਫਿਸ 'ਚ ਮੇਰਾ ਕੰਮ ਹੈ, ਦਫ਼ਤਰ ਹੀ। ਬੜਾ ਵਧੀਆ ਐਕਸਪੀਰੀਅੰਸ ਹੈ ਸਾਊਦੀ ਅਰਬ, ਜ਼ਬਰਦਸਤ। ਤੇ ਅੱਜ ਕੱਲ੍ਹ ਜੋ ਸਾਡੇ ਹਾਲਾਤ ਨੇ ਮੁਲਕ ਦੇ, ਅੱਛਾ, ਐਸ ਪਰ ਕੰਪੇਅਰ ਪਾਕਿਸਤਾਨ ਟੂ ਹੇਅਰ, ਇੱਥੇ ਬੜਾ ਵਧੀਆ। ਮਾਸ਼ਾਅੱਲਾ ਮਾਸ਼ਾਅੱਲਾ। ਅੱਛਾ, ਕੀ ਕੰਮ ਸ਼ੰਕਰ ਕਰਦੇ ਇੱਥੇ? ਮੈਂ ਸਰ ਜੀ ਸ਼ਿਰਕਤ ਰਸ਼ਦ ਦੇ। ਅੱਛਾ, ਮੇਨ ਹੈਡ ਆਫਿਸ 'ਚ ਮੈਂ ਡਰਾਈਵਰ ਜੀ। ਤੇ ਪਾਕਿਸਤਾਨ ਪਹਿਲੇ ਕੀ ਕਰਦੇ ਸੀ ਤੁਸੀਂ? ਪਾਕਿਸਤਾਨ ਮੈਂ ਗੱਡੀ ਚਲਾਉਂਦਾ ਅੱਜ। ਉੱਥੇ ਵੀ ਡਰਾਈਵਿੰਗ ਹੀ ਕਰਦੇ ਹੋ? ਰੈਂਟ ਕਾਰ, ਰੈਂਟ ਕਾਰ ਤੇ ਕਾਰ ਚਲਾਉਂਦੇ ਸੀ ਤੇ ਕੀ ਕੋ ਤਨਖਾਹ ਦਿੰਦੇ ਸਨ? ਪਾਕਿਸਤਾਨ ਦਾ ਅੱਜ ਤੋਂ 10 ਸਾਲ ਪਹਿਲਾਂ ਜੇ ਤੁਸੀਂ ਟੋਰ ਜੋਈਓ 10-15,000, 20,000, 15,000, 20,000 ਸੈਲਰੀ ਸੀ। ਤੇ ਸਹੀ ਹੈ, ਅਲਹਮਦੁਲਿਲਾ ਅਲਹਮਦੁਲਿਲਾ। ਇੱਥੇ ਇੱਥੇ ਕਿੰਨੇ ਕੁ ਬਣ ਜਾਂਦੇ ਨੇ? ਇੱਥੇ ਮਾਸ਼ਾਅੱਲਾ ਮਾਸ਼ਾਅੱਲਾ ਉਹਦੇ ਨਾਲੋਂ 4-5 ਵਾਰੀ ਦਰਬ ਦਈਏ ਤੇ ਬਲਕਿ 6 ਵਾਰੀ ਦਰਬ ਦਈਏ ਤਾਂ ਵੀ ਜ਼ਿਆਦਾ, ਤਾਂ ਵੀ ਜ਼ਿਆਦਾ ਨਾ, ਯਾਨੀ ਕਿ 2 ਲੱਖ ਕੱਢ ਲੈਂਦੇ ਹੋ ਆਖ ਸਕਦੇ ਹੋ ਤੁਸੀਂ ਅਲਹਮਦੁਲਿਲਾ? ਯਾਨੀ ਨਹੀਂ, ਹੁਣ 3 ਤੁਸੀਂ ਆਖ ਕੇ ਫਿਰ 2 ਤੇ ਆ ਗਏ ਹੋ? ਨਹੀਂ ਨਹੀਂ, ਇਹ ਹੁਣ ਵਿੱਚ ਹੁਣ ਐਗਜ਼ੈਕਟ ਫਿਗਰ ਨਹੀਂ ਮੈਂ ਦੱਸਦਾ, ਮੈਂ ਦੱਸਣਾ, ਲੇਕਿਨ ਇੱਥੇ ਕਰ ਗਈ ਹੈ 2-3 ਵਿੱਚ। ਅਲਹਮਦੁਲਿਲਾ ਅਲਹਮਦੁਲਿਲਾ, ਚਲੋ ਕੋਈ ਨਹੀਂ, ਮਾਸ਼ਾਅੱਲਾ ਅੱਲਾਹ ਪਾਕ ਦਾ ਸ਼ੁਕਰ ਹੈ। ਵੇਖੋ ਇਨਸਾਨ ਹੈ ਨਾ ਜਿਹੜਾ, ਅੱਛਾ, ਇਨਸਾਨ ਹੈ ਨਾ ਸ਼ੁਕਰਾ ਇਨਸਾਨ, ਅੱਲਾਹ ਤਾਲਾ ਦੀ ਜ਼ਾਤ। ਪਾਕਿਸਤਾਨ ਬੰਦਾ 20,000 ਲੈ ਕੇ ਵੀ ਖੁਸ਼ ਹੁੰਦਾ, ਇੱਥੇ ਆ ਕੇ 20-100 ਲੱਖ ਹੋ ਜਾਏ, ਹੁਣ 2 ਲੱਖ ਹੋ ਜਾਏ ਤਾਂ ਵੀ ਬੰਦੇ ਨੂੰ ਹੁੰਦਾ ਯਾਰ ਥੋੜ੍ਹਾ ਹੋਰ, ਲੇਕਿਨ ਅਲਹਮਦੁਲਿਲਾ ਖੁਸ਼ ਰਹਿਣਾ ਚਾਹੀਦਾ। ਕਿੰਨਾ ਚਿਰ ਹੋ ਗਿਆ ਤੁਹਾਨੂੰ ਛੁੱਟੀ ਗਿਆ ਪਾਕਿਸਤਾਨ? ਛੁੱਟੀ ਗਈ ਆ ਮੈਂ ਸਮਝੋ 2.5 ਸਾਲ ਹੋ ਗਏ। 2.5 ਸਾਲ ਹੋ ਗਏ, ਲੇਕਿਨ ਮੈਂ 1 ਸਾਲ ਹੋ ਗਿਆ, ਫੈਮਲੀ ਮੇਰੀ ਇੱਥੇ ਨਾਲ ਹੀ ਹੈ। ਮਾਸ਼ਾਅੱਲਾ, ਫੈਮਲੀ ਵੀ ਇੱਥੇ ਨਾਲ ਰੱਖੀ? ਫੈਮਲੀ ਨਾਲ ਰੱਖੀ। ਤਵੇ ਤੇ ਇੱਥੇ ਜਦੋਂ ਤੁਸੀਂ ਆਏ ਹੋ ਜ਼ਿਆਦਾ ਬੜੀ ਸਟਰਗਲ ਤੁਹਾਨੂੰ? ਮੈਂ ਐਕਚੁਅਲੀ ਜਦੋਂ ਆਇਆ ਨਾ ਸ਼ੁਰੂ ਸਟਾਰਟ ਵਿੱਚ, ਆਹੋ, ਮੇਰਾ ਕਜ਼ਨ ਵੀ ਇੱਥੇ ਸੇਮ ਕੰਪਨੀ 'ਚ ਹੁਣ ਹੋ ਗਿਆ 17 ਸਾਲ। ਅੱਛਾ, ਤੇ ਉਸ ਬੜੀ ਹੈਲਪ ਕੀਤੀ ਹੈ ਮੇਰੀ। ਤੇ ਸ਼ੁਰੂ ਦੇ ਦਿਨਾਂ ਵਿੱਚ ਹੁੰਦਾ ਥੋੜ੍ਹਾ ਸਾਰਾ, ਜਿਸ ਵੇਲੇ ਤੁਸੀਂ ਪਾਕਿਸਤਾਨੋਂ ਇੱਥੇ ਆਉਂਦੇ ਥੋੜ੍ਹਾ ਜ਼ਬਾਨ ਦਾ ਵੀ ਹੁੰਦਾ, ਤੇ ਲੇਕਿਨ ਅਲਹਮਦੁਲਿਲਾ। ਕੀ ਆਪਣਾ ਤੁਸੀਂ ਲੋਕਾਂ ਨੂੰ ਕੀ ਆਖੋਦੇ ਜਿਹੜਾ ਕੋਈ ਇੱਥੇ ਆਉਣਾ ਚਾਹੁੰਦਾ ਉਹਨੂੰ ਆਉਣਾ ਚਾਹੀਦਾ ਕਿ ਨਹੀਂ ਆਉਣਾ ਚਾਹੀਦਾ? ਲੋਕਾਂ ਨੇ ਆਖਾਂਦੇ, ਪਹਿਲੀ ਗੱਲ ਤੇ ਵੀ ਮੈਂ ਅੱਗੇ ਵੀ ਇਹੀ ਗੱਲ ਕਰਦਾ ਹੁੰਦਾ, ਪਰ ਜਿਹੜੀ ਜ਼ਿੰਦਗੀ ਦੀ ਤਾਲੀਮ ਹੈ ਨਾ, ਐਜੂਕੇਸ਼ਨ, ਆਹੋ, ਇਹਦੇ ਤੋਂ ਬਿਨਾ ਬਿਲਕੁਲ ਇਨਸਾਨ ਜ਼ੀਰੋ ਹੈ। ਵਿਦਆਊਟ ਐਜੂਕੇਸ਼ਨ ਜ਼ੀਰੋ, ਜ਼ੀਰੋ ਜ਼ੀਰੋ ਨਾਲ ਜ਼ਰਬ ਦਿਓ ਜ਼ੀਰੋ। ਪਹਿਲਾਂ ਤੇ ਕੋਈ ਤਾਲੀਮ ਹਾਸਲ ਕਰਨ, ਜੇ ਤਾਲੀਮ ਨਹੀਂ ਤੇ ਫਿਰ ਬਾਈ ਕੋਈ ਆਪਣਾ ਹੁਨਰ ਸਿੱਖ ਕੇ ਰੋਜ਼ਗਾਰ ਸਿੱਖ ਕੇ ਇੱਥੇ ਆ, ਯਾਨੀ ਜਿਹਨੇ ਆਣਾ ਇੱਥੇ ਮਜ਼ਦੂਰੀ ਨਾ ਆਵੇ। ਯਾਨੀ ਪਹਿਲੀ ਚੀਜ਼ ਐਜੂਕੇਸ਼ਨ, ਤਾਲੀਮ ਹੋਵੇ ਕੋਈ ਜ਼ਬਰਦਸਤ। ਸੈਕੰਡ ਥਿੰਗ, ਅਗਰ ਤਾਲੀਮ ਨਹੀਂ ਤੇ ਕੋਈ ਸਕਿੱਲ ਹੋਣੀ ਚਾਹੀਦੀ ਹੈ ਬੰਦੇ ਕੋਲ, ਫਿਰ ਕੋਈ ਨਾ ਕੋਈ ਕੰਮ ਸਿੱਖਿਆ, ਕੋਈ ਨਾ ਕੋਈ ਕੰਮ ਸਿੱਖਿਆ ਆਵੇ ਤੇ ਫਿਰ ਮਾਸ਼ਾਅੱਲਾ ਇੱਥੇ ਬੜਾ ਜ਼ਬਰਦਸਤ ਤੇ ਸੋਹਣਾ ਕੰਮ ਚੱਲਦਾ ਰਹਿੰਦਾ। ਅੱਛਾ, ਰੋਟੀ ਅੱਲਾ ਪਾਕ ਜੋ ਨਸੀਬਾਂ ਲਿਖੇ ਆ ਉਹ ਅੱਲਾ ਤਾਲਾ ਦਿੰਦਾ, ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ, ਦਿੰਦਾ ਅੱਲਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਵੈਸੇ ਵੀ ਤੁਸੀਂ ਗਲਫ ਵਿੱਚ ਸਾਰੇ ਵਿੱਚ ਫਿਰੋ ਨਾ ਤੇ ਮੇਰਾ ਖਿਆਲ ਹੈ ਸਾਊਦੀ ਅਰਬ ਬੈਟਰ ਹੈ। ਮੈਂ ਬਹਿਰੀਨ ਗਿਆ, ਕਤਰ ਗਿਆ, ਸਾਰੇ ਜਿਹੜੇ ਮੈਂ ਰੀਸੈਂਟਲੀ ਤੁਹਾਡੀ ਵੀਡੀਓ ਵੇਖੀ ਆ ਕਤਰ ਦੀ, ਬਹਿਰੀਨ ਦੀ, ਤੇ ਉਹ ਵੀ ਸਹੀ ਨੇ ਆਪਣੀ ਜਗ੍ਹਾ ਤੇ, ਲੇਕਿਨ ਮਾਸ਼ਾਅੱਲਾ ਜੋ ਇੱਥੇ ਵੇ ਨਾ, ਮੈਂ ਅਸਲੇ ਜਿਸ ਵੇਲੇ ਨਿਕਲਿਆ ਵਰਕਸ਼ਾਪ ਵਿੱਚੋਂ ਤੇ ਵੇਖਿਆ ਮੈਂ ਤੁਸੀਂ ਗੱਡੀ ਇੰਟਰ ਕਰਦੇ ਹੋ, ਪਰ ਮੈਂ ਤੁਹਾਨੂੰ ਇਹਨੇ 100 ਰੁਪਏ ਚਾਣ ਲਿਆ। ਚਲੋ, ਤੁਸੀਂ ਵੀ ਮਾਸ਼ਾਅੱਲਾ ਮਾਸ਼ਾਅੱਲਾ ਬੜਾ ਅੱਛਾ ਕੰਮ ਕਰ ਰਹੇ ਹੋ। ਚਲੋ, ਬੜੀ ਬੜੀ ਮਿਹਰਬਾਨੀ, ਬੜੀ ਪੋਜ਼ਿਟਿਵ ਜਿਹੜਾ ਨਾ, ਮੁਸਬਤ ਚੀਜ਼ਾਂ ਵਗਾ ਰਹੇ ਹੋ। ਹਾਂਜੀ, ਬੜੀ ਅਵੇਅਰਨੈਸ, ਬੜੀ ਬੜੀ ਮਿਹਰਬਾਨੀ, ਅੱਲਾ ਖੁਸ਼ ਰੱਖੇ। ਤੇ ਬਾਕੀ ਜਨਾਬ ਇਹ ਜ਼ਰਾ ਦੱਸੋ ਮੈਨੂੰ ਕਿ ਇੱਥੇ ਨਾ ਲੋਕਾਂ ਦੇ ਕਹਿਣਾ ਇਹ ਵੀ ਕਿ ਸਾਊਦੀ ਅਰਬ ਵਿੱਚ ਬੜੇ ਸਾਰੇ ਲੋਕ ਖਾਲੀ ਬੈਠੇ ਨੇ,
ਪਰੇਸ਼ਾਨ ਨੇ, ਕਿਆ ਤੁਹਾਨੂੰ ਕੋਈ ਨਜ਼ਰ ਆਏ ਨੇ, ਕਿੰਨੇ ਕੋਲ ਜ਼ਿਆਦਾ ਲੱਗਦੇ? ਵੇਖੋ ਜੀ, ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਸ਼ੇਅਰ ਕਰਾਂ, ਮੈਂ ਇੰਜ ਜਿਹੜੀ ਗੱਲ ਵੇਖੀ ਨਹੀਂ ਉਹ ਕਿਉਂ ਕਰਨੀ, ਮੇਰੇ ਜਿੰਨੇ ਦੋਸਤ ਕੁਲੀਗ ਨੇ ਨਾ, ਮੈਂ ਤਾਂ ਨਹੀਂ ਕਿਸੇ ਨੇ ਵੇਖਿਆ ਫਾਰਗ ਬੈਠਿਆ, ਮੇਰੇ ਜਿਹੜੇ ਦੋਸਤ ਨੇ ਕੁਲੀਗ ਨੇ ਜਾਂ ਜਿੱਥੇ ਮੈਂ, ਯਾਨੀ ਆਪਣੇ ਜਿਹੜੇ ਨਹੀਂ ਜਿਹੜਾ ਵੇਖਿਆ ਨਹੀਂ ਉਹਦੀ ਕਹਿ ਰਹੀ ਨਹੀਂ ਸਕਦੇ, ਨਹੀਂ ਮੈਂ ਨਹੀਂ ਕਹਿ ਸਕਦਾ, ਮੋਸਟਲੀ ਜਿਹੜੇ ਆਜ਼ਾਦ ਵੀਜ਼ੇ ਵਾਲੇ ਥੋੜਾ ਅਕਸਰ ਹੈ ਉਹਨਾਂ ਦਾ, ਲੇਕਿਨ ਉਹ ਵੀ ਲੇਬਰ ਮੇਰਾ ਖਿਆਲ ਹੈ, ਕੰਪਨੀਆਂ ਉਹ ਵੀ ਲੇਬਰ ਤੇ ਉਹ ਵੀ ਜਿਹੜਾ ਨਵਾਂ ਬੰਦਾ ਆ ਜਾਵੇ ਤਾਂ, ਹਾਂਜੀ ਉਹੀ ਹੈ, ਮੈਨੂੰ ਥੋੜੀ ਸ਼ਾਇਦ ਸਪੋਰਟ ਦੀ ਚਾਹੀਦੀ ਹੋਣੀ ਹੈ, ਕਿਉਂਕਿ ਸਾਰੀ ਗੱਲ ਹੈ ਇੱਥੋਂ ਦੇ ਹਾਲਾਤ ਦੇ ਮੁਤਾਬਕ ਵਾਕਫ ਨਹੀਂ ਹੈ, ਹਾਂਜੀ ਹਾਂਜੀ ਬਹੁਤ ਅੱਛੀ ਕੰਪਨੀ ਹੈ, ਖੂਬ ਉਹਨਾਂ ਨੂੰ ਹੋਰ ਬੰਦੇ ਚਾਹੀਦੇ ਨੇ, ਬੰਦੇ ਦਈਏ ਇੱਥੇ ਆ ਬੰਦੇ ਲੈਂਦੇ ਨੇ ਪਏ, ਨਹੀਂ ਹੁਣ ਜਿਹੜਾ ਨਾ ਵਕਤੀ ਹੋਣਾ ਨਹੀਂ ਚਾਹੀਦੇ, ਚਲੋ ਚਲੋ ਤੁਹਾਡੇ ਨਾਲ ਮਿਲ ਕੇ ਬੜਾ ਅੱਛਾ ਲੱਗਿਆ, ਆਪਣਾ ਤੇ ਆਪਣੇ ਪਿਆਰਿਆਂ ਦਾ ਖਿਆਲ ਰੱਖਿਆ, ਦੁਆਵਾਂ 'ਚ ਆਪਣੇ ਭਰਾ ਨੂੰ ਯਾਦ ਰੱਖਿਆ ਜੀ, ਅੱਲਾਹ ਹਾਫਿਜ਼।